ਵਾਹਿਗੁਰੂ ਪਰਮਾਤਮਾ ਸੁਖਿਆ ਸੁ ਚੜ੍ਹਦੀ ਕਲਾ ਦਾ ਸ਼ੁਕਰਾਨਾ ਦੁੱਖਾਂ ਕਲੇਸ਼ਾਂ ਬਾਪਾ ਨੂੰ ਕਿਉਂ ਬੇਬੇ ਕਰ ਲਿਆ ਪਾਠ ਹਾਂ ਪੁੱਤ ਕਰ ਲਿਆ ਪਾਠ ਹੋਰ ਠੀਕ ਹੋ ਹਾਂ ਠੀਕ ਹਾਂ ਮੈਂ ਨਾ ਮੜਾ ਸ਼ਹਿਰ ਜਾਣਾ ਸੀਗਾ ਇਹਨੂੰ ਦਵਾਈ ਜੀ ਦਵਾਉਣ ਕੀ ਹੋ ਗਿਆ ਹੁਣ ਇਹਨੂੰ ਬਸ ਬਿਮਾਰ ਜੀ ਸੀ ਤਬੀਅਤ ਜੀ ਸਹੀ ਨਹੀਂ ਹੈਗੀ ਬੇਬੇ ਇਹਦੀ ਇੱਥੋਂ ਗੋਲੀ ਲੈ ਲੈਂਦੇ ਠੀਕ ਹੋ ਜਾਂਦੀ ਭਾਈ ਉਹ ਲਈ ਸੀ ਬੇਬੇ ਪਿੰਡ ਵਾਲੇ ਡਾਕਟਰ ਤੋਂ ਦਵਾਈ ਆਰਾਮ ਜਿਹਾ ਆਇਆ ਨਹੀਂ ਮੈਂ ਕਿਹਾ ਚੱਲ ਸ਼ਹਿਰ ਤੋਂ ਜਾ ਕੇ ਨਾਲੇ ਰਿਪੋਰਟਾਂ ਕਰਾ ਲਈ ਕੀ ਉਹਦਾ ਟਾਈਫਾਇਡ ਨਾ ਹੋ ਗਿਆ ਹੋਵੇ ਟਾਈਫਾਇਡ ਹੋ ਗਿਆ ਵੇ ਕਰਨ ਨੂੰ ਕੀ ਆ ਭਾਈ ਆਪਣੇ ਕੰਮ ਨਹੀਂ ਹੈਗਾ ਵੀ ਇਹਨੂੰ ਟਾਈਫਾਇਡ ਹੋ ਗਿਆ ਵੀ ਕੰਮ ਬਾਲੇ ਕਰਦੀ ਆ ਵੀ ਸਾਰਾ ਦਿਨ ਠੰਡ ਚ ਉਲਝੀ ਰਹਿੰਦੀ ਆ ਉਹ ਨਹੀਂ ਬੇਬੇ ਬਿਮਾਰ ਹੋਏ ਬੰਦੇ ਦਾ ਹੁਣ ਕੀ ਪਤਾ ਲੱਗਦਾ ਜ਼ਰੂਰੀ ਤਾਂ ਨਹੀਂ ਬੰਦਾ ਕੰਮ ਨਾਲ ਹੀ ਬਿਮਾਰ ਹੁੰਦਾ ਭਾਈ ਤੁਸੀਂ ਤਾਂ ਖੈੜਾ ਨਹੀਂ ਛੱਡਦੇ ਜਿਵੇਂ ਤੁਹਾਡੀ ਮਰਜ਼ੀ ਤੁਸੀਂ ਕਰੋ ਮੇਰੀ ਕਿਹੜਾ ਸੁਣਨੀ ਗਿੰਨੀ ਆ ਤੁਸੀਂ ਪੈਸੇ ਗਾਲਣੇ ਆ ਗਾਲ ਦੋਗੇ ਉਹ ਬੇਬੇ ਹੁਣ ਦਵਾਈ ਤਾਂ ਦਵਾਉਣੀ ਆ ਨਾ ਫਿਰ ਹੁਣ ਦਵਾਈ ਦਵਾਈ ਬਿਨਾਂ ਕਿੱਥੇ ਸਰਦਾ ਹੁਣ ਜੇ ਆਪਣਾ ਛੋਟਾ ਹੁੰਦਾ ਗੱਡੀ ਜੇ ਇੰਨੀ ਬਿਮਾਰ ਹੁੰਦੀ ਬਲਾਈ ਇਹਦਾ ਸੌਲ ਸੂਲ ਲੈਤਾ ਹੈਗਾ ਨਾ ਅੱਗ ਲੱਗੀ ਹੋਈ ਆ ਘਰੇ ਕੁਛ ਐ ਨਹੀਂਗਾ ਬੇਬੇ ਸੌਲ ਮੈਂ ਤਾਂ ਹੋ ਗਈ ਸੁੱਕਣਾ ਪਾਤਾ ਤੋ ਅੱਗੇ ਸੁੱਕਣਾ ਨੂੰ ਕਿ ਬਰਾਤ ਚ ਲੈ ਕੇ ਜਾਣਾ ਸੀ ਲੈਤਾ ਨਹੀਂ ਗਿਆ ਤਾਂ ਇੱਥੋਂ ਬੇਬੇ ਮੇਰੇ ਕੋਲ ਇੱਕ ਤਾਂ ਸੌਲ ਆ ਹੁਣ ਚੱਲ ਬੇਬੇ ਹਵਾ ਨੂੰ ਮੰਗਾ ਲੈ ਆਪਦੇ ਪੇਕਿਆਂ ਤੋਂ ਉਹ ਕੋਈ ਨਹੀਂ ਬੇਬੇ ਐਂ ਨਾ ਬੋਲਿਆ ਕਰ ਤੂੰ ਹੁਣ ਉਹ ਛੋਟਾ ਆ ਜਾਂਦਾ ਮੈਂ ਚੱਲ ਗੱਡੀ ਚ ਲੈ ਜਾਂਦਾ ਵੀ ਨਾਲ ਹਵਾ ਹੋਊਗਾ ਨਾਲ ਅਗਲੀ ਕੋ ਦੇਊਗੀ ਇਹਨੂੰ ਗੱਡੀ ਉਹ ਚੱਲ ਮਾਂ ਕਾਹਨੂੰ ਤੂੰ ਕਰਦੀ ਜੈ ਇੰਨਾ ਗੱਡੀਆਂ ਦਾ ਸ਼ੌਂਕ ਸੀ ਦੇ ਦਿੰਦੇ ਇਹਦੇ ਘਰ ਦੇ ਚੱਲ ਕੋਈ ਨਹੀਂ ਮਾਤਾ ਮੈਂ ਚੱਲਦਾਗਾ ਇਹਨੂੰ ਦਵਾ ਲਿਆਉਣਾ ਸ਼ਹਿਰੋਂ ਦਵਾਈ ਫਿਰ ਆ ਕੇ ਦੇਖਦੇ ਹਾਂ ਚੱਲ ਬੇਬੇ ਗੱਡੀ ਲੈ ਜਾਣਾ ਮੈਂ ਕਿੱਥੋਂ ਦੇਊਗਾ ਤੂੰ ਆਪ ਕਲੇਸ ਕਰਾਉਣਾ ਉਹਨਾਂ ਮੋਟਰਸਾਈਕਲ ਤੇ ਪਰਾਂ ਦਵਾਈ ਲਵਾ ਦੇ ਇਹਨੂੰ ਕੋਈ ਨਾ ਬੇਬੇ ਤੂੰ ਆ ਗਈ ਭਾਈ ਆ ਗਈ ਆ ਗਈ ਹੋਰ ਜਾ ਆਏ ਹਾਂ ਜਾ ਆਏ ਚਾਹ ਬੜਾ ਟਾਈਮ ਲਾਇਆ ਹੈ ਅਜੇ ਤੱਕ ਕਾਦੇ ਟਿੱਕੀ ਆ ਦੇ ਸੋਪਿੰਗ ਕਰਨ ਲੱਗ ਕੇ ਫਿਰ ਮੂਵੀ ਦੇਖਣ ਲੱਗ ਗਈ ਤੁਰਕ ਦੇ ਜਿਹਨੂੰ ਮੋਟਰਸਾਈਕਲ ਤੇ ਵਗ ਜੂ ਜੇ ਇੰਨਾ ਹੀ ਸ਼ੌਂਕ ਆ ਗੱਡੀਆਂ ਦੇ ਵਿੱਚ ਘੁੰਮਣ ਦਾ ਫਿਰ ਗੱਡੀ ਲੈ ਆਉਂਦੇ ਦਾਜ ਦੇ ਵਿੱਚ ਤੁਸੀਂ ਤਾਂ ਹਰੇਕ ਚੀਜ਼ ਮੰਗਣ ਤੇ ਲੱਕ ਬੰਨ ਰੱਖੀ ਆ ਆਪਣਾ ਇਹ ਨਹੀਂ ਕਰ ਦਿੰਦੇ ਦੇ ਦੇ ਕੋਈ ਨਾ ਵੱਡੇ ਆਪਣੇ ਤੁਹਾਨੂੰ ਜਾਦੇ ਪਤਾ ਬਈ ਸ਼ੌਂਕ ਨਾ ਗੱਡੀਆਂ 'ਚ ਘੁੰਮਣ ਦਾ ਆਪਦੇ ਪੇਕਿਆਂ ਤੋਂ ਮੰਗਵਾ ਲਾ ਮੈਂ ਨਹੀਂ ਆਪਣੀ ਗੱਡੀ ਦਿੰਦੀ ਹੈਗੀ ਤੜਾਉਣੀ ਥੋੜੀ ਆ ਚੱਲ ਪਾਪਾ ਤਾਂ ਮੰਗਣ ਤੇ ਲੱਕ ਬੰਨ ਰੱਖੀ ਆ ਤੁਹਾਨੂੰ ਪਹਿਲੀ ਕਹਿਣੀ ਜੀ ਆਪਾਂ ਆਪਣੇ ਮੋਟਰਸਾਈਕਲ ਦੀ ਵਗ ਚੱਲਦੇ ਚੱਲ ਕੋਈ ਚੱਲ ਆ ਜਰਾ ਚੱਲ ਮੋਟਰਸਾਈਕਲ ਦੀ ਵਗ ਚੱਲ ਤੂੰ ਫੋਨ ਨੂੰ ਇਹ ਵੀ ਮੈਨੂੰ ਠੰਡ ਲੱਗਦੀ ਕਿਧਰ ਹੀ ਨਹੀਂ ਮੈਂ ਮਰ ਗਈ ਕੋਈ ਨਹੀਂ ਤੂੰ ਬਿਮਾਰ ਆ ਤਾਂ ਕਰਕੇ ਕਹਿ ਰਿਹਾ ਸੀ ਮੈਂ ਤਾਂ ਚੱਲ ਹੁਣ ਬੜਾ ਟਾਈਮ ਨਾ ਲੈ ਕੇ ਆਈ ਭਾਈ ਦਵਾਈ ਦਵਾਉਣ ਸਾਰ ਉਹਨੇ ਪੈਰੀ ਮੁੜੇ ਨਾਲੇ ਖਰਚ ਨਾ ਕਰਕੇ ਆਈ ਅਰੇ ਕੰਮ ਪਏ ਨੇ ਭਾਈ ਧਿਆਨ ਕਰ ਲੈ ਸਾਰੇ ਕੰਮ ਛੱਡ ਕੇ ਤੁਰ ਗਈ ਤਾਂ ਹੁਣ ਉੱਥੋਂ ਆਈ ਆ ਖੱਤੀ ਕੋਈ ਨਾ ਬੇਬੇ ਆ ਜਾਣਾ ਟਾਈਮ ਨਾਲ ਦਵਾਈ ਦਵਾਨ ਸਾਰੀ ਆ ਜਾਣਗੇ ਪਵਨ ਦੇ ਦਿੰਦੀ ਨਾ ਚਾਬੀ ਫਿਰ ਕਿਉਂ ਗਿਆ ਆਪਣੇ ਵੱਡੇ ਨੇ ਉਹ ਦੇ ਦਿੰਦੀ ਤੂੰ ਬਾਲਾ ਨਾ ਬੋਲਿਆ ਕਰ ਭਾਈ ਉਹੀ ਲੱਗ ਜਾਣਾ ਉਹਨਾਂ ਦੀ ਸਾਈਡ ਲੈਣ ਬੇਬੇ ਉਹ ਕਿਹੜਾ ਰੋਜ਼ ਹੀ ਲੈ ਕੇ ਜਾਂਦੇ ਨੇ ਬਿਮਾਰ ਸੀ ਲੈ ਕੇ ਜਾਂਦੇ ਨੇ ਬਿਮਾਰ ਸੀ ਉਹ ਲੱਛਣ ਕਰਦੀ ਉਹਨੂੰ ਕੁਛ ਨਹੀਂ ਹੋਇਆ ਕੰਮਾਂ ਤੇ ਟਲਦੀ ਰਹਿੰਦੀ ਹੁਣ ਵੀ ਕਰ ਆ ਗਈਆਂ ਸਰਦੀਆਂ ਆ ਗਈਆਂ ਤਾਂ ਕਰਕੇ ਲੈ ਉਹਨੂੰ ਗੱਡੀ ਦੇ ਦਿੱਤੀ ਇੱਕ ਦਿਨ ਤਾਂ ਪੈਰ ਭਾਰੀ ਹੋ ਜੀ ਰੋਜ਼ ਹੀ ਮੰਗ ਲਿਆ ਕਰਨਗੇ ਇੱਥੇ ਤੀਜੇ ਦਿਨ ਕਿਧਰੇ ਨਹੀਂ ਕੁਛ ਹੁੰਦਾ ਸੀ ਹੁੰਦਾ ਕਿਉਂ ਨਹੀਂ ਭਾਈ ਮੇਰੀ ਗੱਲ ਸੁਣ ਲੈ ਤੂੰ ਵੀ ਧਿਆਨ ਨਾ ਕੱਪੜਾ ਲੀੜਾ ਮੰਗੇ ਕੁਛ ਵੀ ਮੰਗੇ ਕੁਛ ਦੇਣ ਦੀ ਲੋੜ ਨਹੀਂ ਉਹਨੂੰ ਹੋਰ ਚੱਕ ਕੇ ਕਿਤੇ ਫੜਾ ਦੇ ਉਹਨੂੰ ਮੈਂ ਤਾਂ ਪਹਿਲੀ ਨਹੀਂ ਦਿੰਦੀ ਹੈਗੀ ਆਹੀ ਨਹੀਂ ਘੱਟ ਹੈਗੇ ਉਹ ਤਾਂ ਕੀ ਹੁੰਦਾ ਭਾਈ ਆ ਫਿਰ ਵੀ ਤੇਰਾ ਭਾਈ ਆ ਤੇਰਾ ਕੋਈ ਨਾ ਜਦੋਂ ਉਹ ਪੈਸੇ ਵਾਲੇ ਹੋ ਗਏ ਤੈਨੂੰ ਪਛਾਨਣਾ ਵੀ ਨਹੀਂ ਹੈਗਾ ਕੋਈ ਨਾ ਬੇਬੇ ਇਹ ਤਾਂ ਪਤਾ ਹੀ ਨਹੀਂ ਹੁੰਦਾ ਅੱਜ ਕਿਹਦੇ ਕੋਲ ਆ ਕੱਲ ਕਿਹਦੇ ਕੋਲ ਹੋਵੇ ਕੋਈ ਨਾ ਪਤਾ ਲੱਗ ਬੜਾ ਮਾਣ ਕਰਨਾ ਚਾਹੀਦਾ ਮਾਣ ਦੀ ਗੱਲ ਨਹੀਂ ਹੁੰਦੀ ਭਾਈ ਆਪਦਾ ਕਮਾਉਣਾ ਆਪਦਾ ਖਾਣ ਕਿਉਂ ਕਿਸੇ ਦੇ ਲਿਆਉਂਦੀ ਆਪਦੇ ਪੇਕੇ ਦਿੰਦੇ ਨੇ ਇਹਨੂੰ ਚੀਜ਼ਾਂ ਆਪਦਿਆਂ ਪੇਕਿਆਂ ਤੇ ਮੰਗਾ ਲਿਆ ਕਰੇ ਉਹ ਚੱਲ ਕੋਈ ਗੱਲ ਨਹੀਂ ਬੇਬੇ ਤੂੰ ਤਾਂ ਸਾਰਾ ਦਿਨ ਲੜਾਉਣ ਨੂੰ ਰਹਿਣੀ ਹੈਗੀ ਸਾਰੇ ਫਿਰ ਸਹੀ ਹੈ ਗੱਲ ਬੇਬੇ ਦੀ ਮੈਂ ਆਪਣੇ ਪੇਕਿਆਂ ਤੋਂ ਲੈ ਕੇ ਆਈ ਆ ਦਾਜ ਚ ਲੈ ਕੇ ਆਈ ਆ ਚੱਲ ਪੁੱਤ ਤੂੰ ਬਾਲਾ ਬੋਲਨਾ ਹੁਣ ਹੈ ਥੱਕੀ ਹੋਈ ਆ ਰੋਟੀ ਰੋਟੀ ਖਾ ਲੈ ਨਾਲੇ ਇਹਨੂੰ ਸੁੱਖੀ ਨੂੰ ਦੇ ਦੇ ਨਾਲੇ ਚਾਹ ਚੂ ਬਣਾ ਕੇ ਪੀ ਲਓ ਭਾਈ ਨਹੀਂ ਬੇਬੇ ਅਸੀਂ ਖਾਏ ਸੀਗੇ ਖਾਣਾ ਤਾਂ ਅੱਛਾ ਤੇ ਫਿਰ ਰੈਸਟ ਕਰ ਲੈ ਆਪਦੀ ਪੈ ਜਾ ਕੇ ਭਾਈ ਹੋਰ ਥੱਕੀ ਆਈਆਂ ਕੰਮ ਤਾਂ ਕਰ ਲੂਗੀ ਆਪੀ ਆ ਕੇ ਉਹ ਭਾਂਡਿਆਂ ਦਾ ਬਾਜ਼ਾਰ ਹੀ ਲੱਗਿਆ ਪਿਆ ਲੈ ਅਸੀਂ ਭੱਗ ਜਾਂਦੇ ਚੱਕ ਕੇ ਮੂੰਹ ਮੈਂ ਕਿਹਾ ਸੀ ਮੈਂ ਕਿਹਾ ਫੇਰ ਲਿਆਊਗਾ ਇੱਥੋਂ ਘਰੋਂ ਲੈ ਲੂਗੀ ਗੋਲੀ ਮਣਦੀ ਨਹੀਂ ਕਿਸੇ ਦੀ ਜਾਣ ਦੀ ਹੋ ਜਾਂਦੀ ਹੁਣ ਤਾਂ ਛੇਤੀ ਮੈਨੂੰ ਬੇਬੇ ਖਾਸੀ ਬਿਮਾਰ ਲੱਗੀ ਭਾਬੀ ਅੱਜ ਕੁਛ ਨਹੀਂ ਹੋਇਆ ਉਹਨੂੰ ਬੇਬੇ ਮੈਂ ਨਾ ਆਪਣੇ ਦੰਦਾਂ ਦੀ ਸਕੇਲਿੰਗ ਕਰਾ ਕੇ ਆਣੀ ਆ ਕੁਛ ਮਰਜ਼ੀ ਕਰ ਭਾਈ ਤੇਰੇ ਕੋਲੇ ਪੈਸਾ ਤੂੰ ਆਪਦਾ ਕੁਛ ਮਰਜ਼ੀ ਕਰ ਮੈਂ ਤਾਂ ਉਹਦੀ ਗੱਲ ਕਰਦੀ ਆ ਚੱਕ ਕੇ ਮੂੰਹ ਤੀਜੇ ਦਿਨ ਵਗ ਜੂ ਹੈ ਨਹੀਂ ਪੈਸਾ ਹੈ ਨਹੀਂ ਪੱਲੇ ਬਾਜ਼ਾਰ ਖੜੀ ਹੱਲੇ ਚੱਕ ਕੇ ਪੈਸੇ ਵਗ ਜੂਗੀ ਮੈਂ ਇੱਥੋਂ ਮੰਗਣ ਮੰਡ ਜਾਣਗੇ ਮੇਰੇ ਕੋਲੇ ਕਿੰਨੇ ਕਾ ਭਾਈ ਮੇਰਾ ਤਾਂ ਟ੍ਰੀਟਮੈਂਟ ਬਹੁਤ ਜ਼ਰੂਰੀ ਹੈ ਬੇਬੇ
ਚੱਲ ਭਈ ਆਪਦਾ ਜਾ ਆਇਓ ਲੈ ਜੀ ਵਿੱਕੀ ਕੱਲ ਨੂੰ ਵਗ ਜਾਓ ਕੋਈ ਨਾ ਬੇਬੇ ਵਗ ਜਾਏ ਕੱਲ ਗੱਡੀ ਤੇ ਲੈ ਜੀ ਠੰਡ ਆ ਹੁਣ ਕੋਈ ਨਾ ਵਗ ਜਾਏ ਗੱਡੀ ਨਾਲ ਮੋਟਰਸਾਈਕਲ ਤੇ ਨਾ ਜਾਈ ਠੰਡ ਹਵਾ ਲੱਗ ਜੂ ਇਹਨੂੰ ਤੇਰੀ ਫੁੱਲਾਂ ਵਰਗੀ ਨੂੰ ਆ ਕਿਤੇ ਹੋਰ ਨਾ ਨਜ਼ਰਾਂ ਲਵਾ ਦੀ ਪਿੰਡ ਚ ਨਾ ਲੈ ਕੇ ਜਾਇਆ ਘਰ ਵਾਲੀ ਮੋਟਰਸਾਈਕਲ ਤੇ ਤਾਂ ਜਮੀ ਨਾ ਕੱਢਿਆ ਕਰ ਬਾਹਰ ਸੀਸੇ ਕਾਲੇ ਕਰਾ ਲਾ ਬੇਬੇ ਲੈ ਸੀਸੇ ਕਾਲੇ ਦੀ ਗੱਲ ਨੂੰ ਗੱਲ ਕਰਦੇ ਵੀ ਗੱਡੀ ਚ ਲੈ ਜਾਇਆ ਕਰ ਗੱਡੀ ਚ ਲੈ ਆ ਕਰ ਗੱਡੀ ਚ ਤਾਂ ਜਾਂਦੀ ਹੈ ਗੱਡੀ ਸਭ ਕਿੱਦੇ ਗਈ ਹੈ ਬਾਈਕ ਤੇ ਇਹ ਤਾਂ ਆਪ ਹੀ ਨਹੀਂ ਜਾ ਕੇ ਖੁਸ਼ ਹੈਗੀ ਆਪ ਹੀ ਨਹੀਂ ਗੱਡੀ ਤੋਂ ਥੱਲੇ ਪੈਰ ਧਰਦੀ ਚੱਲ ਛੱਡ ਪਰੇ ਤੇ ਹੁਣ ਖਾਓ ਪੀਓ ਜੇ ਕੁਝ ਖਾਣਾ ਪੀਣਾ ਚਾਹ ਪਾਣੀ ਆਪਦਾ ਆਉਂਦੀ ਹੋਣੇ ਉਹ ਵੀ ਖਾਣਾ ਚੰਗਾ ਬੇਬੇ ਫਰੈਸ਼ ਹੁੰਦੇ ਨਾਲੇ ਕੱਪੜੇ ਕੁੱਪੜੇ ਚੇਂਜ ਕਰ ਉੱਥੇ ਜਾ ਕੇ ਬਹਿ ਗਿਆ ਨਹੀਂ ਵੀ ਦਵਾਈ ਲੈ ਕੇ ਉੱਥੇ ਚੰਡੀਗੜ੍ਹ ਤਾਂ ਨਹੀਂ ਗਏ ਇੱਥੇ ਗਏ ਹੋ ਲੈ ਕੇ ਦਵਾਈ ਤੁਸੀਂ ਮੁੜ ਆਓ ਲੈ ਬੇਬੇ ਉਹੀ ਗੱਲ ਹੋ ਗਈ ਨਾ ਜਿਹੜੀ ਮੈਂ ਤੈਨੂੰ ਕਹੀ ਸੀ ਕੀ ਹੋ ਗਿਆ ਉਹ ਤੈਨੂੰ ਦੱਸਿਆ ਤਾਂ ਹੈਗਾ ਸੀਗਾ ਵੀ ਟਾਈ ਫੈਡ ਆ ਉਹੀ ਟਾਈ ਫੈਡ ਆ ਗਿਆ ਰਿਪੋਰਟਾਂ ਚ ਕੁਛ ਨਹੀਂ ਹੋਇਆ ਇਹਨੂੰ ਉਹ ਬੇਬੇ ਸਾਨੂੰ ਤਾਂ ਕੁਝ ਹੁੰਦਾ ਨਹੀਂ ਉਹ ਬੇਬੇ ਹੁਣ ਬਿਮਾਰ ਹੋਏ ਬੰਦੇ ਦਾ ਪਤਾ ਲੱਗਦਾ ਕਿ ਕਦੋਂ ਬੰਦਾ ਬਿਮਾਰ ਹੋ ਜਾ ਬੇਬੇ ਤੂੰ ਮੇਰੇ ਬਿਮਾਰ ਦਾ ਹੀ ਬਹਾਨਾ ਕਰਦਾ ਬਿਮਾਰ ਹਰ ਵਕਤ ਮਾਤਾ ਤੂੰ ਜਿਹੜੀ ਗੱਲ ਹੈਗੀ ਆ ਭਾਈ ਉਹ ਤਾਂ ਹੈਗੀ ਆ ਉਹ ਐਵੇਂ ਨਹੀਂ ਹੁੰਦੀ ਬੇਬੇ ਬਾਉ ਨੂੰ ਛੋਟੀ ਨੂੰ ਨਹੀਂ ਕਹਿੰਦੀ ਉਹ ਬੇਬੇ ਉਹ ਤੂੰ ਇੰਨਾ ਫਰਕ ਨਾ ਕਰਿਆ ਕਰ ਉਹ ਛੋਟੀ ਦੇ ਤਾਂ ਵਾਲਾਂ ਦਾ ਮੂੰਹ ਦਾ ਸਾਰਾ ਕੁਝ ਉਹਦਾ ਟ੍ਰੀਟਮੈਂਟ ਕਰਾਇਆ ਹੁਣ ਇਹਨੂੰ ਮਾੜਾ ਜਿਹਾ ਬਿਮਾਰ ਹੋ ਗਈ ਤੂੰ ਸੌ ਸੌ ਉਹ ਕਰ ਅਗਲੀ ਕੋਲੇ ਪੈਸਾ ਲਾਈ ਜਾਂਦੀ ਆ ਮੈਥੋਂ ਮੰਗਦੀ ਮੇਰੇ ਮੂਹਰੇ ਹੱਥ ਨਹੀਂ ਟੜਦੀ ਤੁਸੀਂ ਦੂਜੇ ਦਿਨ ਕਹਿੰਦੇ ਪੈਸੇ ਦੇ ਦਿਓ ਮੈਨੂੰ ਉਹ ਬੇਬੇ ਹੁਣ ਘਰ ਦਾ ਸਾਰਾ ਖੇਤੀਬਾੜੀ ਦਾ ਮਾੜਾ ਮੋਟਾ ਜਿਹੜਾ ਹੁੰਦਾ ਮੈਂ ਕਰਦਾ ਤੈਨੂੰ ਸਾਰਾ ਕੁਝ ਦੇ ਦਿੰਦਾ ਉਹ ਤੇਥੋਂ ਹੀ ਮੰਗਣਿਆ ਹੋਰ ਦੱਸ ਕੀ ਤੋਂ ਮੰਗਾ ਮੈਂ ਮੇਰੇ ਕੋਲ ਤਾਂ ਭਾਈ ਕੱਖ ਨਹੀਂ ਹੈਗਾ ਆਪਦਾ ਕਮਾਓ ਆਪਦਾ ਖਾਓ ਜਿਹੜਾ ਕੁਝ ਸੋਥੇ ਹੁੰਦਾ ਤੁਸੀਂ ਕਰਵਾਓ ਅਗਲੀ ਕੋਲੇ ਪੈਸੇ ਅਗਲੀ ਲਾਈ ਜਾਂਦੀ ਆ ਉਹ ਤੂੰ ਬੇਬੇ ਐ ਨਾ ਫਰਕ ਕਰਿਆ ਕਰ ਅਸੀਂ ਮੈਂ ਵੀ ਪੁੱਤਾਂ ਤੇਰਾ ਤੇ ਉਹ ਵੀ ਪੁੱਤ ਆ ਸਾਨੂੰ ਦੋਨਾਂ ਨੂੰ ਤੂੰ ਬਰਾਬਰ ਮੈਂ ਤਾਂ ਕਦੇ ਕਿਹਾ ਨਹੀਂ ਵੀ ਤੁਸੀਂ ਅੱਡ ਅੱਡੋ ਮੈਂ ਤਾਂ ਤੁਹਾਨੂੰ ਕਹਿੰਨੀ ਆ ਵੀ ਦੋਨੀ ਮੇਰੇ ਪੁੱਤੋਂ ਮੈਂ ਤਾਂ ਤੁਹਾਨੂੰ ਕਹੀ ਨਹੀਂ ਓਏ ਨੂਹਾਂ ਨਾਲ ਫਿਰ ਬਰਾਬਰ ਰੱਖਿਆ ਕਰ ਵੀ ਆਪਦਾ ਜਿਹੇ ਜਿਹੇ ਪੈਸਾ ਇਹਨਾਂ ਕੋਲੇ ਲਾਈ ਜਾਂਦੀਆਂ ਨੇ ਮੈਥੋਂ ਕਿਹੜਾ ਮੰਗਦੀਆਂ ਨੇ ਇਹ ਮੰਗਣ ਬੈਠ ਜਾਂਦੀਆਂ ਮੇਰੇ ਕੋਲੇ ਦੇਖ ਲੈ ਆ ਜਿਹੜਾ ਮੇਰੇ ਸੂਟ ਪਾਇਆ ਇਹ ਵੀ ਉਹਦੇ ਪੇਕਿਆਂ ਨੇ ਇਹਨਾਂ ਤਾਂ ਕੱਖ ਨਹੀਂ ਸਰਿਆ ਹੈਗਾ ਤੇ ਨਾਲੇ ਉਹਨੇ ਤਾਂ ਮੇਰਾ ਘਰ ਭਰਤਾ ਲਿਆ ਕੇ ਨਾਲੇ ਲੋਕਾਂ ਦੀਆਂ ਖੜਾ ਮੇਰੀ ਗੱਲ ਸੁਣ ਉਹ ਮੇਰੇ ਸਹੁਰਿਆਂ ਤੋਂ ਜਿੰਨਾ ਸਰਿਆ ਅਗਲਿਆਂ ਨੇ ਕਰਤਾ ਚੱਲ ਫਿਰ ਜਿੰਨਾ ਸਰਿਆ ਸਾਥ ਹੋਈ ਜਾਂਦੇ ਨੇ ਜਿਹਨੇ ਆਪਦੀ ਧੀ ਦਿੱਤੀ ਉਹਨੇ ਸਾਰਾ ਕੁਝ ਦਿੱਤਾ ਕਿੱਥੋਂ ਲੈ ਲੈ ਦਈਏ ਐ ਨਾ ਕਰਿਆ ਕਰ ਬੇਬੇ ਤੂੰ ਹਰ ਵਕਤ ਲੜਾਈ ਨਾ ਕਰਵਾਇਆ ਕਰ ਹਰ ਇੱਕ ਗੱਲ ਦੇ ਵਿੱਚ ਮੈਂ ਤਾਂ ਕੋਈ ਲੜਾਈ ਨਹੀਂ ਕਰਾਉਂਦੀ ਭਾਈ ਆਪਦਾ ਜਿਹੜਾ ਕੰਮ ਹੁੰਦਾ ਉਹ ਭਾਂਡਿਆਂ ਦਾ ਢਿੱਗ ਪਿਓ ਭਾਂਡਿਆਂ ਦਾ ਢੇਰ ਪਿਓ ਧੋ ਲੈ ਕੱਪੜਿਆਂ ਦਾ ਢਿੱਗ ਪਿਓ ਧੋ ਲੈ ਉਹ ਚੰਗਾ ਬੇਬੇ ਮੈਥੋਂ ਵੀ ਨਹੀਂ ਹੁੰਦਾ ਕੰਮ ਥੱਕੀ ਆਈ ਮੈਂ ਤਾਂ ਖੇਤ ਜਾਣਾਗਾ ਤੁਸੀਂ ਤਾਂ ਭਾਈ ਹਰ ਇੱਕ ਇਹੀ ਗੱਲਾਂ ਕਰਦੇ ਰਹੇ ਸੁੱਟ ਦਿੰਦੀ ਆਪਦੇ ਕੱਪੜੇ ਅਗਲੀ ਕਿਹੜਾ ਨੌਕਰਾਨੀ ਲੱਗੀ ਆ ਤੇਰੀ ਕੱਪੜਿਆਂ ਦਾ ਢੇਰ ਪਿਆ ਹੁੰਦਾ ਉਹ ਨਹੀਂ ਧੋਦੀ ਰਮਨ ਨੇ ਅੱਜ ਕਿਵੇਂ ਫੋਨ ਕਰ ਲਿਆ ਦੋ ਮਿੰਟ ਲੇਟ ਹੋ ਗਈ ਹੱਥੀ ਧੋ ਲੈ ਆਰਾਮ ਕਰਦੀ ਆਂ ਦੋ ਮਿੰਟ ਡਾਕਟਰ ਨੇ ਕਿਹਾ ਸੀ ਜੇ ਰੈਸਟ ਕਰੂੰ ਫੇਰ ਹੀ ਠੀਕ ਹੋਊਂਗੀ ਹਾਏ ਕਿੰਨੀ ਵਧੀਆ ਨੇਲ ਪੇਂਟ ਆ
तेन तमीज नहीं है जमा भी तीन चार बार हिले हो गया तेन किन्नी बार कहता मेरी चीजा हाथ ना लाया कर पवन नेल पेंट ही एक देखी मेनू वधिया रंगे लग्या कलर मैं ता करके लाउन लग गई जे वधिया लगे फिर अपना ले आओ तुसी मेरीयां चीजा यूज करनियां ने मैं ते कह के थक गई तेरे कारण ता जो ही नहीं सरकदी हैगी वाली बेशर्म चल सॉरी पवन अगे तो नहीं मैं चकदी तेरी कोई भी चीज भाई किन्नी बार कहता सॉरी वाली गल नहीं हैगी तुम तो जिन्नी मर्जी बार कह दो तुसी ता मेरीयां चीजा ते आखी रख लैंदे हो नाले तेन पता है किसी की चीज यूज नहीं करी दी हुंदी की पता तेन कि बीमारियां लगी हुई ने मेरी चीज का जमा ना यूज कर मेनू तो फोन आ गया मेरी फ्रेंड का मैं अंदर चली गई चक्के मौजे तकती रही है जो मेन फ्री दया चीजा मिलती रहन कोई लोड़ नहीं चीजा सेड़न की नाले दे सामने ना तेरे कर पुत्त तेन किन्नी बार तक कहा मैं बेबे मैं तो ला रही सी बैठी मेरी फ्रेंड दी कॉल आ गई सी मेनू इन्ने टाइम दे विच बस ला तू तां कहंदी मैं बीमार आ चीजा लाउण वेरी नहीं बीमार होई है बेबे घंटा ना बाजार लग्या पिया ओदा तैनूं दीदे नहीं नाले ऐ वी मेनू इन्फेक्शन करोगी तुसी पता नहीं कीड़ी बीमारियां लगी हुई ने चल ठीक है भाई तुसी तां एवें गल नूं बधा ले अंदर ना वड़दी जा भांडा ना बाजार ओ पतोला चल पुत्त तैनूं तां अंदर पुत्त ध्यान नाल नले दे सामने चीजा क्यों रखदी हुंदी तन्नू मैं किन्नी बार समझाया बेबे मैं अंदर बैठी रहा कर आपदी मैं हुण किन्नीयां कि चीजां कोल को रख लां हर एक चीज ते अख रखदे ने हर एक चीज चक लैणगे फिर अंदर बैठी रहा कर इहदे मूहरे कोल होण लई टाइम अंदर बैठ जां बेबे मैं कल्ली चंगा फिर कोट कूट पा लिया कर भाई ठंड तक के बाहर हो जाए मैं रखदी हुण जाके और चक के अंदर बूथड़ चक के बागे हुण भांडे पता नहीं बाहरों आके मांज के जाऊ इहदा कोई बे हां भाई मेरी ना फ्रेंड दा ब्याह आ रिहा अच्छा मैं ना गाउन लैणा ले आ भाई जाके 10,000 दा आऊगा सुखी नु नाल ले जी बाग जा 10 दा पर मैं 20 दा आवे पर मेरी नू चमकनी चाहिदा सारा ना सोहनी लगनी चाहिदी हां बेबे मैं वधिया जा लेके आऊंगी देख के गाउन हां चल ले आई भाई उरो ना ले आई नाल इधर ते नेड़े आ कुते होर बड़े शहर च जाके ले आई हां पटियाले तो ते जा चंडीगढ़ तो ले आई भाई हाँ बाग जी कोई ना दो दिन लाए आयो है सच्ची बेबे होर है हाय मेरे बेबी कितनी सावा है जी सस्ता कर मार मेनू है जी मेनू बथेरा चाग है मेरी नुआ इतनी बढ़िया की एको परले पाती मेरे गरीब जी पता नहीं कितों चल फिर मैं लेके आऊंगी जाके चल ले आई पुत ते कल नु बाग जो ब्याह कदों हाँ। बस बेबी एक हफ्ता रह गया ब्याह चल फिर पहले ले आयो बाग जो नाले पैरा पूरा चपवा ले कुछ हुन सर्दियां वाले पहले तेरे कोले सैंडल जेनेगे और तो नवे ले आई किन्ने मर्जी पैसे ला तेरे वास्ते पैसे बथेरा मेरे कोले कोई गल नहीं और वधिया लेके आऊंगी चीज देख के हां नाले कोट कूट ले आई मोटा सर्दियां ने होना हां बेबे तू एक बार कह दे जाके हां भाई बारे पाथी सुक्की है भैया मार लियो फिर पा लिया सानू की दसदी हां एने उद दिमाग खा रखियागा 24 घंटे काम दी नहीं धंधे दी नहीं दिमाग खाई जाऊगी कल पटियाले भी तो लिया जा चंडीगढ़ तो लिया होर इतनी वधिया मिल चंडीगढ़ ताही क्या मैं दो दिन लग जाएंगे वधिया कपड़े कपड़े अपना आराम नाल खरीद कर नाले हौली चलायो करो गड्डी गुड्डी होर बाड़ा हो ना करया करो ते ले आयो हुण ओह पता नहीं की कहंदे ओह दु दिमाग खाई जांदे जा पुत सुनया की कहंदी आ आपदा फोन जा नाल रख्या कर नाले ओहदा की पता भन्न दे परे इत्थे नूं कोई चज नहीं लखण नहीं अपना चक लो नो कम कह मेन अगे तो कोई जरूरत नहीं है की गल होगी बेबे पाथियां करके ले जा
सारे काम करवा गे भाई एदे प्यो नाल जदो ए ब्याही असी एदे नाल गल कीती सी बे ते गोहा गट्टा चुकाउने जिवे हुण तेरे नाल गल कीती तू ओवें करिया कर गोहे दी गल तू करिया कर ना गोहे गोहे दा माड़े मोटे नु हत्थ लवाउणा इन्ना भारी मैं चक्का किदरे नी तू दोए ते बार पाया मैं अपने पेकी घर नी कोई काम कीता हैंगे इन्ना ने मैनू किया सी वी नहीं काम करवा चल कुत्ता वाला कहना बोलया ना कर तू आपदा दिमाग ना वाला खराब करा कर ता है कि सुटल जाही जाएगी आज मार दू वी आ जा काम करवाउण नु मैं बन्नी होई काम कर दे चार कपाथियां ते आपदा आ जा भाई ਬਾਲਾ ਨੀ ਇਹਦੇ ਨਾਲ ਦਿਮਾਗ ਵੱਜਦਾ ਮੇਰਾ ਧਾਰ ਸਿਰ ਦੁਖਣ ਲਈ ਰੱਖਦੀ ਹੈ ਚੱਲ ਥੋੜੀਆਂ ਥੋੜੀਆਂ ਕਰਕੇ ਲੈ ਜਾਂਦੀ ਉਹਨਾਂ ਨੇ ਤਾਂ ਜਵਾਬ ਦੇਤਾ ਹੁਣ ਮੈਨੂੰ ਤਾਂ ਕਰਨਾ ਹੀ ਪਊਗਾ ਚੱਲ ਪਤਾ ਨੀ ਬੀਬੀ ਪਵਨ ਤੇ ਮੇਰੇ ਚ ਇੰਨਾ ਫਰਕ ਕਿਉਂ ਰੱਖਦੀ ਹੈ ਚੱਲ ਥੋੜੀਆਂ ਥੋੜੀਆਂ ਕਰਕੇ ਸਿੱਟ ਲੈਣੀ ਸਸਿਕਾ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਹਾਂਜੀ ਤੇ ਮੇਰੇ ਵਰਗੀਆਂ ਸੱਸਾਂ ਵੀ ਹੁੰਦੀਆਂ ਨੇ ਜਿਹੜੀ ਅਮੀਰ ਤੇ ਗਰੀਬ ਨੂੰ ਵਿੱਚ ਫਰਕ ਰੱਖਦੀਆਂ ਨੇ ਤਾਂ ਇਦਾਂ ਨਹੀਂ ਕਰਨਾ ਚਾਹੀਦਾ ਕਿਸੇ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ ਸਾਰਿਆਂ ਨੂੰ ਇੱਕ ਬਰਾਬਰ ਸਮਝਣਾ ਚਾਹੀਦਾ ਤੇ ਨੂਹਾਂ ਵਿੱਚ ਤਾਂ ਕਦੇ ਵੀ ਫਰਕ ਨਹੀਂ ਰੱਖਣਾ ਚਾਹੀਦਾ ਕਿਉਂਕਿ ਜੇ ਨੂਹਾਂ ਨਾਲ ਫਰਕ ਰੱਖਾਂਗੇ ਤਾਂ ਆਪਣਾ ਪਰਿਵਾਰ ਕਦੇ ਵੀ ਇਕਜੁੱਟ ਨਹੀਂ ਹੋ ਕੇ ਚੱਲੂਗਾ ਤਾਂ ਆਪਣੇ ਪਰਿਵਾਰ ਨੂੰ ਇਕਜੁੱਟ ਹੋ ਕੇ ਬਣਾ ਕੇ ਚੱਲਾਂਗੇ ਤਾਂ ਆਪਣਾ ਪਰਿਵਾਰ ਹਮੇਸ਼ਾ ਖੁਸ਼ਹਾਲ ਰਹੂਗਾ ਧੰਨਵਾਦ ਜੀ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਉਹਨਾਂ ਦੇ ਨਾਮ ਨੇ ਅਵਤਾਰ ਖੋਖਰ ਜੀ ਸਹਿਜ ਸੰਧੂ ਸੁਖਵਿੰਦਰ ਸਿੰਘ ਜਸਬੀਰ ਕੌਰ ਗਿੱਲ ਹਰਮਨ ਕੌਰ ਗਗਨਪ੍ਰੀਤ ਅਨਮੋਲ ਕੌਰ ਸਿਮਰਨ ਪਾਰਮਰ ਦੀਪਕ ਮਨਕੂ ਪਰਮ ਕੌਰ ਗੁਰਪ੍ਰੀਤ ਸਿੰਘ ਜਸ਼ਕਰਨ ਮੁਹੰਮਦ ਸਮਰਾ ਮਨਪ੍ਰੀਤ ਸਿੰਘ ਸਿੱਪੂ ਉਸਤਾਦ ਗਗਨ ਕੌਰ ਸਰਾਂ ਪ੍ਰੀਤ ਦਿਲ ਸੁਮਨ ਰਹਿਲ ਰਾਜਵੀਰ ਗਰਿਆਲ ਜਗਜੀਤ ਸਿੰਘ ਗੁਰਮੀਤ ਰੰਧਾਵਾ ਨਵਪ੍ਰੀਤ ਪੰਨੂ ਥੈਂਕ ਯੂ ਜੀ ਸਾਨੂੰ ਸੋਹਣੇ 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 ਕਮੈਂਟ ਕਰਨ ਲਈ ਤੇ ਜਿਨ੍ਹਾਂ ਦਾ ਇਸ ਵੀਡੀਓ ਵਿੱਚ ਕਮੈਂਟਾਂ ਵਿੱਚ ਨਹੀਂ ਨਾਮ ਆਇਆ ਨੈਕਸਟ ਵੀਡੀਓ 'ਚ ਉਹਨਾਂ ਜ਼ਰੂਰ ਨਾਮ ਲਵਾਂਗੇ ਥੈਂਕ ਯੂ